ਸਤਿ ਸ਼੍ਰੀ ਅਕਾਲ ਜੀ। ਸਾਡੇ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਬਹੁਤ ਹੀ ਪਿਆਰੇ ਕਿਸਾਨ ਮਿੱਤਰੋ, ਆਪ ਸਭ ਨੇ ਬੜੀ ਸ਼ਿੱਦਤ ਦੇ ਨਾਲ ਇਸ ਅੰਦੋਲਨ ਦਾ ਸਹਿਯੋਗ ਕਰ ਰਹੇ ਹੋ ਅਤੇ ਤੁਹਾਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਕੱਲ੍ਹ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਪਰਚਾ ਪਾਇਆ ਗਿਆ ਸੀ ਆਪਣੇ ਸੰਗਠਨਾਂ ਵੱਲੋਂ ਕਿ ਦੇਖਦੇ ਹਾਂ ਕਿ ਕਿੱਥੋਂ ਤੱਕ ਸਾਡਾ ਇਹ ਅੰਦੋਲਨ ਫੈਲ ਚੁੱਕਿਆ ਹੈ ਅਤੇ ਇਹ ਪਤਾ ਲੱਗਿਆ ਹੈ ਕਿ ਪੂਰੇ ਦੇਸ਼ ਦੇ ਅੰਦਰ ਇਹ ਰੇਲ ਨੂੰ ਰੋਕਿਆ ਗਿਆ ਲੋਕਾਂ ਨੇ। ਜਿਹੜਾ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਜਿਵੇਂ ਯੂਪੀ ਦੇ ਅੰਦਰ ਇੱਕ ਵਾਰੀ ਇਹ ਗੱਲ ਆਈ ਸੀਗੀ ਕਿ ਯੂਪੀ ਦੇ ਵਿੱਚ ਸ਼ਾਇਦ ਇਹ ਪ੍ਰੋਟੈਸਟ ਕਾਮਯਾਬ ਨਾ ਹੋ ਪਾਵੇ, ਤਾਂ ਯੂਪੀ ਦੇ ਵਿੱਚ ਲਗਭਗ 15 ਤੋਂ ਉੱਪਰ ਥਾਂ ਉਹ ਨੇ ਜਿੱਥੇ ਲੋਕਾਂ ਨੇ ਰੇਲ ਰੋਕ ਲਈ ਔਰ 9-10 ਥਾਂ ਉਹ ਨੇ ਜਿੱਥੇ ਲੋਕਾਂ ਨੂੰ ਰੇਲ ਰੋਕਣ ਤੋਂ ਪ੍ਰਸ਼ਾਸਨ ਨੇ ਮਤਲਬ ਰੋਕਣਾ ਪਿਆ, ਪ੍ਰਸ਼ਾਸਨ ਨੂੰ ਅੱਗੋਂ ਸਾਹਮਣਾ ਕਰਨਾ ਪਿਆ ਲੋਕਾਂ ਦਾ। ਅਤੇ ਇਹਦਾ ਮਤਲਬ ਹੈ ਕੁੱਲ ਮਿਲਾ ਕੇ 25 ਤੋਂ 30 ਥਾਵਾਂ ਦੇ ਉੱਤੇ ਮਤਲਬ ਇਸ ਪ੍ਰੋਟੈਸਟ ਨੇ ਯੂਪੀ ਦੇ ਵਿੱਚ ਮਤਲਬ ਆਪਣਾ ਫੈਲਾਅ ਕੀਤਾ। ਅਤੇ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਪੂਰਾ ਦੇਸ਼ ਅੱਜ ਇਸ ਅੰਦੋਲਨ ਦੇ ਨਾਲ ਜੁੜ ਚੁੱਕਿਆ, ਜੁੜਦਾ ਜਾ ਰਿਹਾ ਹੈ। ਇਸ ਲਈ ਜਿਵੇਂ ਦੇਸ਼ ਜੁੜਦਾ ਜਾ ਰਿਹਾ ਹੈ ਉਵੇਂ ਉਵੇਂ ਨਾਲ ਦੀ ਨਾਲ ਸਾਡੀ ਸਰਕਾਰ ਵੀ ਅੰਦਰੋਂ ਭਾਵੇਂ ਘਬਰਾਈ ਹੋਈ ਆ ਪਰ ਬਾਹਰੀ ਤੌਰ ਦੇ ਉੱਤੇ ਇੱਕ ਤਰ੍ਹਾਂ ਦਾ ਪ੍ਰੈਸ਼ਰ ਲੋਕਾਂ ਦੇ ਉੱਤੇ ਬਣਾਉਣ ਦੇ ਉੱਤੇ ਮਤਲਬ ਲੱਗੀ ਹੋਈ ਹੈ, ਜੁਟੀ ਹੋਈ ਹੈ, ਜਿਹਦੇ ਵਿੱਚ ਇਸੇ ਹੀ ਪ੍ਰੈਸ਼ਰ ਦੇ ਤਹਿਤ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਨੋਟਿਸ ਜਾ ਰਹੇ ਨੇ ਜਿਨ੍ਹਾਂ ਲੋਕਾਂ ਦਾ ਬਿਲਕੁਲ ਲਾਲ ਕਿਲੇ ਦੇ ਨਾਲ ਜਾਂ ਕੁਛ ਉਹਨਾਂ ਉਸ ਮਾਰਚ ਦੇ ਨਾਲ ਕੋਈ ਸੰਬੰਧ ਨਹੀਂ ਹੈ, ਔਰ ਉਹਨਾਂ ਲੋਕਾਂ ਨੂੰ ਵੀ ਮਤਲਬ ਨੋਟਿਸ ਭੇਜੇ ਜਾ ਰਹੇ ਨੇ। ਇਹ ਕੇਵਲ ਇੱਕ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ। ਤਾਂ ਮੈਂ ਬੇਨਤੀ ਕਰੂੰਗਾ ਕਿ ਦੇਖੋ, ਆਪਾਂ ਅੰਦੋਲਨ ਕਰ ਰਹੇ ਹਾਂ, ਲੜਾਈ ਲੜ ਰਹੇ ਹਾਂ, ਲੜਾਈ ਲੜਨ ਵਾਲੇ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਤੇ ਇੰਨੇ ਤਿਆਰ ਹੋਣਾ ਪੈਣਾ ਅਤੇ ਹੋਣਾ ਚਾਹੀਦਾ ਹੈ ਕਿ ਚਾਹੇ ਸਰਕਾਰ ਕੁਛ ਵੀ ਕਰੇ, ਅਗਰ ਅਸੀਂ ਜ਼ਮੀਨਾਂ ਦੀ ਰਾਖੀ ਕਰਨੀ, ਅਸੀਂ ਅਗਰ ਜ਼ਮੀਨਾਂ ਆਪਦੀਆਂ ਬਚਾਉਣੀਆਂ ਅਤੇ ਫਿਰ ਭਾਵੇਂ ਸਾਨੂੰ ਜੇਲ੍ਹ ਜਾਣਾ ਵੀ ਪਵੇ, ਸਾਨੂੰ ਕੋਈ ਚਿੰਤਾ ਨਹੀਂ ਕਰਨ ਦੀ ਲੋੜ ਆ। ਸਾਨੂੰ ਇੱਕਜੁੱਟ ਹੋ ਕੇ ਏਕਤਾ ਬਣਾ ਕੇ ਇਸ ਲੜਾਈ ਦੇ ਮੈਦਾਨ ਦੇ ਵਿੱਚ ਉਤਰਨ ਦੀ ਲੋੜ ਹੈ। ਜਿੰਨੇ ਵੀਰਾਂ ਨੂੰ ਨੋਟਿਸ ਆ ਰਹੇ ਨੇ, ਸੰਯੁਕਤ ਕਿਸਾਨ ਮੋਰਚਾ ਤੁਹਾਡੇ ਸਾਰਿਆਂ ਦੇ ਨਾਲ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਐਸੀ ਕਾਲ ਦੇਣ ਜਾ ਰਿਹਾ ਹੈ ਜਿਹਦੇ ਨਾਲ ਤੁਹਾਡੀਆਂ ਇਹਨਾਂ ਸਮੱਸਿਆਵਾਂ ਦਾ ਵੀ ਹੱਲ ਕਰਨ ਦਾ ਯਤਨ ਕਰਾਂਗੇ ਅਸੀਂ। ਸੋ ਇਸ ਲਈ ਇਸ ਗੱਲ ਤੋਂ ਡਰਨ ਦੀ ਲੋੜ ਨਹੀਂ ਹੈ, ਇਹ ਸਾਰਾ ਕੁਝ ਸਰਕਾਰਾਂ ਕਰਦੀਆਂ ਹੁੰਦੀਆਂ। ਮੈਂ ਖਾਸ ਕਰਕੇ ਜਿਹੜੇ ਮੇਰੇ ਪਿੰਡਾਂ ਦੇ ਵਿੱਚ ਬੈਠੇ ਲੋਕ ਵੀਰ ਨੇ ਜਿਨ੍ਹਾਂ ਨੂੰ ਅਜਿਹੇ ਨੋਟਿਸ ਆ ਰਹੇ ਨੇ, ਉਹ ਸਾਡੇ ਨਾਲ ਤਾਲਮੇਲ ਕਰੋ, ਸਾਨੂੰ ਦੱਸੋ। ਸਾਡਾ ਜਿਹੜਾ ਵਕੀਲਾਂ ਦਾ ਪੈਨਲ ਆ, ਲਗਭਗ 150 ਵਕੀਲ ਆ ਜਿਹੜਾ ਫਰੀ ਆਫ ਕੋਸਟ ਤੁਹਾਡਾ ਅੰਦੋਲਨ ਨੂੰ ਕਵਰ ਕਰ ਰਿਹਾ, ਤੁਹਾਡੇ ਅੰਦੋਲਨ ਦੇ ਵਿੱਚ ਜਿਨ੍ਹਾਂ ਦੇ ਪਰਚੇ ਦਰਜ ਹੋਏ ਨੇ ਉਹਨਾਂ ਸਾਰਿਆਂ ਦੀ ਮਦਦ ਕਰ ਰਿਹਾ ਹੈ। ਔਰ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ, ਜਿਹੜੇ ਵੀਰ ਦੀ ਮੈਨੂੰ ਅੱਜ ਇੱਥੇ ਇਨਫੋਰਮੇਸ਼ਨ ਮਿਲੀ ਹੈ ਟਿਕਰੀ ਬਾਰਡਰ 'ਤੇ ਕਿ ਵਕੀਲ ਸਾਹਿਬ ਦੱਸ ਰਹੇ ਸੀਗੇ ਕਿ ਕਿਸੇ ਨੇ ਇਹ ਕਿਹਾ ਕਿ ਵਕੀਲਾਂ ਨੇ 5 ਲੱਖ ਰੁਪਈਆ ਸੀ ਵਕੀਲਾਂ ਨੂੰ ਦੇਤਾ ਅਤੇ ਹੋਰ ਹਜੇ ਦੇਣਾ ਬਾਕੀ ਹੈ। ਅਗਰ ਅਜਿਹੀ ਕੋਈ ਗੱਲ ਹੈ ਤਾਂ ਬਿਲਕੁਲ ਗਲਤ ਗੱਲਾਂ ਕੀਤੀਆਂ ਜਾ ਰਹੀਆਂ। ਕਿਸੇ ਵਕੀਲ ਵੱਲੋਂ ਹਜੇ ਤੀਕਰ ਨਾ ਕਿਸੇ ਪੈਸੇ ਦੀ ਮੰਗ ਹੋਈ ਹੈ, ਨਾ ਕਿਸੇ ਵਕੀਲ ਨੂੰ ਦਿੱਤਾ ਗਿਆ, ਨਾ ਕੋਈ ਵਕੀਲ ਮੰਗ ਰਿਹਾ। ਵਕੀਲ ਤਾਂ ਵਿਚਾਰੇ ਸੇਵਾ ਭਾਵਨਾ ਨਾਲ ਲੱਗੇ ਹੋਏ ਨੇ। ਸੋ ਇਸ ਕਰਕੇ ਅਜਿਹੀਆਂ ਗੱਲਾਂ ਨੂੰ ਮਤਲਬ ਫੈਲਾਉਣ ਤੋਂ, ਇੱਕ ਤਰ੍ਹਾਂ ਦੀ ਨੈਗੇਟਿਵਿਟੀ ਫੈਲਾਉਣ ਦੇ ਉੱਤੇ ਮਤਲਬ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਜਿਹਾ ਕੁਛ ਨਹੀਂ ਕਰਨ ਦੀ ਲੋੜ। ਸਾਨੂੰ ਇੱਕਜੁੱਟ ਹੋ ਕੇ ਇਸ ਅੰਦੋਲਨ ਨੂੰ ਅੱਗੇ ਵਧਾਉਣ ਦੀ ਲੋੜ ਹੈ। ਜਿਵੇਂ ਜਿਵੇਂ ਇਹ ਅੰਦੋਲਨ ਅੱਗੇ ਵਧੇਗਾ ਉਵੇਂ ਉਵੇਂ ਮਤਲਬ ਸਰਕਾਰ ਦਾ, ਬੀਜੇਪੀ ਸਰਕਾਰ ਦਾ ਗ੍ਰਾਫ ਡਾਊਨ ਜਾ ਰਿਹਾ ਹੈ। ਅਗਰ ਜਿਵੇਂ ਜਿਵੇਂ ਬੀਜੇਪੀ ਸਰਕਾਰ ਦਾ ਗ੍ਰਾਫ ਡਾਊਨ ਜਾਏਗਾ, ਤਿਵੇਂ ਤਿਵੇਂ ਤੁਹਾਡਾ ਹਰ ਇੱਕ ਕਦਮ ਸਫਲਤਾ ਵੱਲ ਨੂੰ ਵਧੇਗਾ। ਚਿੰਤਾ ਨਹੀਂ ਕਰਨੀ, ਅੰਦੋਲਨ ਲੰਬਾ ਜ਼ਰੂਰ ਹੋ ਸਕਦਾ ਹੈ, ਲੰਬਾ ਅੰਦੋਲਨ ਲੜਨ ਲਈ ਸਾਨੂੰ ਮਾਨਸਿਕ ਤੌਰ 'ਤੇ ਤਿਆਰ ਹੋਣਾ ਪੈਣਾ, ਸਾਨੂੰ ਮਨ ਇੰਨਾ ਤਕੜਾ ਕਰਨਾ ਪੈਣਾ ਕਿ ਜਿੰਨੀ ਦੇਰ ਤੱਕ ਬੀਜੇਪੀ ਦੀ ਸਰਕਾਰ ਦੀ ਟਰਮ ਬਾਕੀ ਹੈ ਉੱਨੀ ਦੇਰ ਤੱਕ ਸਾਨੂੰ ਇਹ ਅੰਦੋਲਨ ਵੀ ਜਾਰੀ ਰੱਖਣਾ ਪੈ ਸਕਦਾ ਔਰ ਸਾਨੂੰ ਉਹਨਾਂ ਸਮੇਂ ਲਈ ਜੇਲ੍ਹਾਂ ਦੇ ਵਿੱਚ ਵੀ ਬੰਦ ਰਹਿਣਾ ਪੈ ਸਕਦਾ। ਅਗਰ ਬੱਚਿਆਂ ਦੀ ਜ਼ਮੀਨ ਬਚਾਉਣੀ ਹੈ, ਅਗਰ ਰੋਜ਼ੀ ਬਚਾਉਣੀ ਹੈ, ਅਗਰ ਹਰ ਇੱਕ ਨੇ ਰੋਟੀ ਖਾਂਦੇ ਰਹਿਣਾ ਹੈ, ਤਾਂ ਬਹੁਤ ਜ਼ਰੂਰੀ ਹੈ ਕਿ ਸਰਕਾਰ ਜੋ ਕਰਨਾ ਚਾਹੇ ਕਰੇ, ਲੇਕਿਨ ਅਸੀਂ ਇਹ ਤੋਂ ਪਿੱਛੇ ਨਹੀਂ ਹਟ ਸਕਦੇ ਔਰ ਇਹ ਮਨ ਬਣਾ ਕੇ ਅੰਦੋਲਨ ਦੇ ਵਿੱਚ ਕੁੱਦੀਏ ਤਾਂ ਕਿ ਕੁਛ ਵੀ ਹੋਵੇ ਸਰਕਾਰ ਦੀ ਹਰ ਇੱਕ ਚਾਲ ਨੂੰ ਨਾਕਾਮ ਕਰਦੇ ਹੋਏ, ਜਿਸ ਤਰ੍ਹਾਂ ਅੱਜ ਹਰਿਆਣਾ ਯੂਪੀ ਨੇ ਬਹੁਤ ਵੱਡਾ ਮਤਲਬ ਸਹਿਯੋਗ ਦੇਣਾ ਸ਼ੁਰੂ ਕੀਤਾ ਹੈ, ਰਾਜਸਥਾਨ ਨੇ ਟੋਲ ਫਰੀ ਕਰ ਦਿੱਤੇ, ਔਰ ਮੈਂ ਇੱਦੋਂ ਵੀ ਗਾਹਾਂ ਗੱਲ ਕਰਾਂ ਕਿ ਸਾਡਾ ਬਿਹਾਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਰੈਲੀਆਂ ਹੋ ਰਹੀਆਂ ਨੇ, ਮਹਾਰਾਸ਼ਟਰ ਸਾਡੇ ਨਾਲ ਆ ਕੇ ਖੜ੍ਹਾ ਹੋ ਗਿਆ, ਕਰਨਾਟਕ ਸਾਡੇ ਨਾਲ ਖੜ੍ਹਾ ਹੋ ਗਿਆ, ਤਾਮਿਲਨਾਡੂ ਸਾਡੇ ਨਾਲ ਖੜ੍ਹਾ ਹੈ। ਸੋ ਇਸ ਕਰਕੇ ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਡਰਨ ਵਾਲੀ ਗੱਲ ਨਹੀਂ ਹੈ। ਸਰਕਾਰਾਂ ਦਾ ਪ੍ਰੈਸ਼ਰ ਪਾਉਣ ਦਾ ਇੱਕ ਤਰੀਕਾ ਹੁੰਦਾ, ਉਹ ਪਾ ਰਹੀ ਹੈ। ਅੰਦੋਲਨਕਾਰੀਆਂ ਨੂੰ ਜਿੰਨਾ ਮਰਜ਼ੀ ਸਰਕਾਰ ਦਬਾਵੇ, ਜਿੰਨਾ ਮਰਜ਼ੀ ਕੁਛ ਕਰੇ,
इन्हां दबाव दे थले आ गए सी, अंदोलन तो पिछे नहीं हट सकते। सानू साडे बच्चों की जमीन नू बचाउण दे लई इस अंदोलन नू होर अगे वधाउणा पैणा, वधाउण दी लोड़ है। और एकता बना के तकड़े होकर इस अंदोलन नू मजबूत करो। सो मेरे इन्नी की बेनती नू तुसी मतलब सारे मेरे वीर है जिथे जिथे बैठे है हौसला रख के बड़ा वड्डा दिल रख के एवं नोटसा नारसा तो डरो ना, जिन्हां नू नोटस आ रहे ने पूरा संयुक्त किसान मोर्चा पूरे का पूरा जिहड़ा साडा मतलब किसान अपना वकीलों का जो पैनल बनया होया है 150 वकील है जिहड़ा तुहाडे नाल धिर बन के खड़ा है और हर थां दे उत्ते तुहाडी मदद करन लई तैयार है। सो डरन दी लोड़ नहीं, एकता बनाओ, अंदोलन नू होर मजबूत करिए ताकि ये अंदोलन असी जत वल नू लिजा सकीए। अफवाहों तो बचन की लोड़ है किसी तरीके, जिवें कि मतलब परसों असी एक प्रेस वालों नू वीरां नू मतलब फड़िया है कि वो जिहड़े जी न्यूज़ वाले वो गलत नैगेटिविटी गलत अफवाह फैला रहे सी, उन्हां सारियां गल्लां नू ध्यान दे विच रख के अंदोलन वल नू आपदा ध्यान रखना है। केवल साडी लड़ाई है तीन कानून, तीन कानूनों तो सिवा पासे ध्यान नहीं ले जाना, पासे ध्यान ले जाना ही साडे अंदोलन दे विच खड़ोता कारण बनता है। सो इस करके साडा इक्को ही एक निशाना है कि असीं तीन कानून वापस करवाउणे, MSP की गरंटी लैनी है और जिन्ना चिर साडी ये लड़ाई जारी रहेगी, जिन्ना चिर सरकार मनदी नहीं उन्नी देर तक सानू अंदोलन जारी रहेगा। ये साडा मतलब फाइनल फैसला समुचे संयुक्त किसान मोर्चे का और वो असं एकजुट होकर लगे हुए हैं। धन्यवाद जी, वाहेगुरू जी का खालसा, वाहेगुरू जी की फतह।